ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ। ਕੁਝ ਲੋਕ ਇਹਨਾਂ ਨੂੰ ਸ਼ਿਵ ਜੀ ਦਾ ਅਵਤਾਰ ਵੀ ਮੰਨਦੇ ਸੀਗੇ। ਉਹਦਾ ਅਸਲ ਸੱਚ ਕੀ ਆ? ਅਤੇ ਗੁਰਮੁਖ ਪਿਆਰਿਓ, ਬਾਬਾ ਜੀ ਦੀ ਜਿਹੜੀ ਮੁਲਾਕਾਤ ਆ ਮਹਾਰਾਣਾ ਪ੍ਰਤਾਪ ਦੇ ਨਾਲ ਕਿਵੇਂ ਹੋਈ, ਉਹਦੇ ਵਿੱਚ ਉਹਨਾਂ ਨੇ ਮਹਾਰਾਣਾ ਪ੍ਰਤਾਪ ਨੂੰ ਕੀ ਸਿੱਖਿਆ ਦਿੱਤੀ, ਇਹ ਸਾਰਾ ਹੀ ਆਪ ਜੀ ਅੱਜ ਇਤਿਹਾਸ ਉਹਨਾਂ ਦੀ ਜਨਮ ਸਾਖੀ ਵਿੱਚੋਂ ਸਰਵਣ ਕਰੋਂਗੇ। ਆਓ ਆਪਾਂ ਸਾਰੇ ਪਿਆਰ ਦੇ ਨਾਲ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ ਜੀ। ਇੱਕ ਦਿਨ ਇਹੋ ਜਿਹੀ ਘਟਨਾ ਵਾਪਰੀ ਆ ਕਿ ਨਵਾਬ ਦੌਲਤ ਖਾਂ ਲੋਧੀ, ਜਿਹੜਾ ਕਿ ਸੁਲਤਾਨਪੁਰ ਦਾ ਨਵਾਬ ਸੀ, ਉਹਨੇ ਭਾਈ ਜੈ ਰਾਮ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗੇ ਕਿ ਮੈਨੂੰ ਆਪਣੇ ਵਜ਼ੀਰਾਂ ਕੋਲੋਂ ਅਤੇ ਲੋਕਾਂ ਕੋਲੋਂ, ਹੋਰ ਬਹੁਤ ਜਾਣਿਆਂ ਕੋਲੋਂ ਇਹ ਗੱਲ ਪਤਾ ਲੱਗੀ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਆ ਬਾਬਾ ਸ਼੍ਰੀ ਚੰਦ ਜੀ, ਉਹਨਾਂ 'ਚ ਬੜੀ ਕਲਾ ਵਾ। ਬਾਲਕ ਰੂਪ ਦੇ ਵਿੱਚ ਵੀ ਉਹਨਾਂ ਨੇ ਕਈ ਕੌਤਕ ਕੀਤੇ ਆ, ਉਹਨਾਂ ਦੇ ਜਿਹੜੇ ਬੋਲ ਆ ਉਹ ਵੀ ਸੱਚੇ ਹੁੰਦੇ ਆ। ਉਹਨਾਂ ਦੇ ਕੋਲ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਵੀ ਆ। ਬਹੁਤ ਸਾਰੇ ਲੋਕ ਐਵੇਂ ਵੀ ਕਹਿੰਦੇ ਆ ਕਿ ਉਹ ਸ਼ਿਵ ਜੀ ਦਾ ਹੀ ਅਵਤਾਰ ਆ, ਭੋਲੇਨਾਥ ਦਾ ਅਵਤਾਰ ਆ। ਕੀ ਇਹ ਸੱਚ ਆ? ਮੈਂ ਇਹ ਵੀ ਸੁਣਿਆ ਕਿ ਬਹੁਤ ਸਾਰੀਆਂ ਸਮਾਧੀਆਂ ਲਾਉਂਦੇ ਆ, ਜਪ ਤਪ ਕਰਦੇ ਆ, ਬਹੁਤ ਇਸ ਤਰ੍ਹਾਂ ਦਾ ਉਹਨਾਂ ਦਾ ਸੁਭਾਵ ਆ, ਅਤੇ ਉਹਨਾਂ ਨੇ ਉਦਾਸੀ ਵਿਰਾਗ ਵਾਲਾ ਜਿਹੜਾ ਰੂਪ ਆ ਉਹ ਧਾਰਨ ਕੀਤਾ ਹੋਇਆ ਵਾ। ਮੈਂ ਵੀ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਉਹਨਾਂ ਦਾ ਜਿਹੜਾ ਇਲਾਹੀ ਚਿਹਰਾ ਅਤੇ ਜਨਮ ਸਮੇਂ ਵੀ ਉਹਨਾਂ ਦੇ ਸਰੀਰ 'ਤੇ ਵਿਭੂਤੀ ਸੀ, ਇਹੋ ਜਿਹੀਆਂ ਗੱਲਾਂ ਮੈਂ ਲੋਕਾਂ ਕੋਲੋਂ ਸੁਣੀਆਂ ਨੇ। ਹੁਣ ਮੇਰਾ ਵੀ ਦਿਲ ਕਰਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ 'ਤੇ ਜਾ ਕੇ ਕਿਵੇਂ ਨਾ ਕਿਵੇਂ ਮੈਂ ਦਰਸ਼ਨ ਕਰਾਂ, ਜਿਹੜਾ ਕਿ ਮੇਰੇ ਮਨ ਵਿੱਚ ਜਿਹੜੇ ਸਵਾਲ ਆ ਉਹਨਾਂ ਦੇ ਮੈਨੂੰ ਜਵਾਬ ਮਿਲ ਜਾਣ। ਕਿਉਂਕਿ ਸੁਣੀ ਸੁਣਾਈ ਗੱਲ ਗੁਰਮੁਖ ਪਿਆਰਿਓ, ਉਹਦੇ 'ਤੇ ਬੰਦਾ ਉਹਨਾਂ ਯਕੀਨ ਨਹੀਂ ਕਰਦਾ ਜਦੋਂ ਤੱਕ ਅੱਖਾਂ ਦੇ ਨਾਲ ਵੇਖ ਨਹੀਂ ਲੈਂਦਾ। ਇਹੀ ਨਵਾਬ ਦੌਲਤ ਖਾਂ ਦਾ ਸਵਾਲ ਸੀਗਾ, ਇਸ ਕਰਕੇ ਉਹਨੇ ਗੁਰੂ ਨਾਨਕ ਸਾਹਿਬ ਜੀ ਦੇ ਭਾਈਆ ਜੈ ਰਾਮ ਜੀ ਨੂੰ ਹੀ ਪੁੱਛ ਲਿਆ ਸੀਗਾ ਸੱਦ ਕੇ। ਭਾਈਆ ਜੈ ਰਾਮ ਜੀ ਨੇ ਬਹੁਤ ਧੀਰਜ ਨਾਲ, ਸਹਿਨਸ਼ੀਲਤਾ ਨਾਲ ਉੱਤਰ ਦਿੱਤਾ, ਕਹਿੰਦੇ ਦੇਖੋ ਜੀ, ਮੇਰੇ ਲਈ ਗੁਰੂ ਨਾਨਕ ਸਾਹਿਬ ਜੀ ਅਤੇ ਉਹਨਾਂ ਦੇ ਸਾਹਿਬਜ਼ਾਦੇ ਦੋਨੋਂ ਹੀ ਈਸ਼ਵਰ ਦਾ ਰੱਬ ਦਾ ਰੂਪ ਨੇ, ਬਾਕੀ ਤੁਸੀਂ ਜੋ ਤੁਹਾਡੇ ਮਨ ਵਿੱਚ ਸ਼ੰਕਾ ਵਾ ਤਾਂ ਆਓ ਜੀ ਆਪਾਂ ਚੱਲਦੇ ਹਾਂ, ਉਹਨਾਂ ਦੇ ਦਰਸ਼ਨ ਕਰ ਲਓ ਤੁਸੀਂ ਬਾਬਾ ਸ਼੍ਰੀ ਚੰਦ ਜੀ ਦੇ, ਅਤੇ ਆਪੇ ਜੋ ਤੁਹਾਡੇ ਮਨ ਦੇ ਸਵਾਲ ਆ ਉਹਦੇ ਆਪੇ ਹੀ ਦਰਸ਼ਨ ਕਰਕੇ ਜਵਾਬ ਮਿਲ ਜਾਣਗੇ। ਕਿਉਂਕਿ ਆਪ ਜਿਹੜੇ ਆ ਨਾ ਕੰਮ, ਆਪ ਜਾ ਕੇ ਦਰਸ਼ਨ ਕਰੋਗੇ ਜਦੋਂ, ਉਦੋਂ ਪੂਰੀ ਤਸੱਲੀ ਹੋਊਗੀ, ਲੋਕਾਂ ਦੇ ਕਹੇ 'ਤੇ ਤਸੱਲੀ ਨਹੀਂ ਹੋਵੇਗੀ। ਭਾਈਆ ਜੈ ਰਾਮ ਜੀ ਨੇ ਜਦੋਂ ਇਸ ਤਰ੍ਹਾਂ ਆਖਿਆ, ਫਿਰ ਨਵਾਬ ਕਹਿਣ ਲੱਗਾ, ਬਿਲਕੁਲ ਮੈਂ ਵੀ ਚੱਲਦਾ ਹਾਂ, ਅਤੇ ਮੈਂ ਹੁਣ ਚੱਲ ਕੇ ਉਹਨਾਂ ਦਾ ਮਰੀਦ ਬਣ ਜੂੰਗਾ। ਮਰੀਦ ਕਹਿੰਦੇ ਆ ਵੀ ਸਾਰਾ ਕੁਝ ਹੀ ਆਪਣਾ ਕੁਰਬਾਨ ਕਰ ਦੇਣਾ, ਆਪਦੇ ਗੁਰੂ ਨੂੰ ਧਾਰਨ ਕਰਕੇ ਗੁਰੂ ਦੇ ਹੀ ਹੋ ਜਾਣਾ। ਇਸ ਤਰ੍ਹਾਂ ਨਵਾਬ ਦਾ ਜਿਹੜਾ ਮਨ ਸੀਗਾ ਉਹ ਮੁੜਿਆ ਆ ਵੀ ਮੈਂ ਚੱਲ ਕੇ ਦਰਸ਼ਨ ਕਰਾਂ। ਇੱਥੇ ਨਵਾਬ ਦੌਲਤ ਖਾਂ ਪੂਰਾ ਤਿਆਰ ਹੋ ਗਿਆ, ਉਹ ਕਹਿੰਦਾ ਚਲੋ ਹੁਣ ਚੰਗੇ ਕੰਮ ਦੇ ਵਿੱਚ ਦੇਰ ਨਾ ਕਰੀਏ, ਘੋੜੇ 'ਤੇ ਸਵਾਰ ਹੋ ਗਿਆ, ਨਾਲ ਭਾਈਆ ਜੈ ਰਾਮ ਜੀ ਨੂੰ ਵੀ ਆਪਣੇ ਨਾਲ ਲੈ ਲਿਆ, ਅਤੇ ਜਾ ਕੇ ਸਭ ਤੋਂ ਪਹਿਲਾਂ ਕਾਜੀ ਦੇ ਨਾਲ ਸਲਾਹ ਕੀਤੀ ਕਿ ਇਉਂ ਕਰਕੇ ਹੁਣ ਮੈਂ ਉਹ ਬਾਲਕ ਜਿਹੜਾ ਬੱਚਾ ਵਾ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਦੇ ਦਰਸ਼ਨ ਕਰਨੇ ਚਾਹੁੰਦਾ। ਜਦੋਂ ਕਾਜੀ ਨੇ ਗੱਲ ਸੁਣੀ, ਕਾਜੀ ਈਰਖਾ ਦੇ ਵੱਸ ਹੋ ਕੇ ਕਹਿਣ ਲੱਗਾ, ਦੇਖੋ ਜੀ ਨਵਾਬ ਸਾਹਿਬ, ਤੁਸੀਂ ਤੁਹਾਡਾ ਰੁਤਬਾ ਏਡਾ ਵੱਡਾ, ਤੁਸੀਂ ਇੱਕ ਹੁਣ ਛੋਟੇ ਜਿਹੇ ਬਾਲਕ ਦੇ ਦਰਸ਼ਨ ਕਰਨ ਜਾਓਗੇ, ਇਹ ਤਾਂ ਤੁਹਾਡੀ ਹੇਠੀ ਹੋਊਗੀ ਇਹਦੇ ਵਿੱਚ।
ਨਵਾਬ ਸੁਣ ਕੇ ਕਹਿਣ ਲੱਗਾ, ਕਾਜੀ ਸਾਹਿਬ, ਬਹੁਤ ਦਿਨ ਪਹਿਲਾਂ, ਕਈ ਦਿਨਾਂ ਤੋਂ ਮੈਂ ਦੇਖਦਾ ਆ ਰਿਹਾ, ਤੁਸੀਂ ਅਤੇ ਹੋਰ ਜਿੰਨੇ ਵੀ ਮੇਰੇ ਦਰਬਾਰ ਵਿੱਚ ਵਜ਼ੀਰ ਹਨ, ਸਾਰੇ ਜਾਣੇ ਉਸ ਬਾਲਕ ਦੀ ਸੋਭਾ ਕਰਦੇ ਆ ਰਹੇ ਹੋ। ਅੱਜ ਜੇ ਮੈਂ ਦਰਸ਼ਨ ਕਰਨੇ ਚਾਹੁੰਦਾ, ਤੁਸੀਂ ਕਹਿੰਦੇ ਹੋ ਮੇਰੀ ਸ਼ਾਨ ਵਿੱਚ ਫਰਕ ਪੈ ਜਾਵੇਗਾ। ਇਸ ਤਰ੍ਹਾਂ ਨਹੀਂ ਹੁੰਦਾ। ਅਤੇ ਫਿਰ ਤੁਸੀਂ ਜੇ ਕਹਿੰਦੇ ਹੋ ਤਾਂ ਮੈਨੂੰ ਕਾਰਨ ਦੱਸੋ ਵੀ ਕਿਉਂ ਕਹਿ ਰਹੇ ਹੋ। ਕਾਜੀ ਬੋਲਿਆ, ਕਹਿੰਦਾ ਜੀ ਬੇਸ਼ੱਕ ਉਹ ਜਿਹੜਾ ਬਾਲਕ ਆ ਉਹ ਪਹੁੰਚੀ ਹੋਈ ਹਸਤੀ ਆ, ਮੈਂ ਜਾਣਦਾ, ਪਰ ਤੁਸੀਂ, ਤੁਹਾਡਾ ਰੁਤਬਾ ਬਹੁਤ ਵੱਡਾ, ਇਸ ਕਰਕੇ ਮੈਂ ਤੁਹਾਨੂੰ ਰੋਕ ਰਿਹਾ ਵੀ ਉੱਥੇ ਨਾ ਜਾਓ, ਉਹ ਆਪੇ ਤੁਹਾਡੇ ਕੋਲ ਚੱਲ ਕੇ ਆਵੇਗਾ, ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ ਹੈ, ਤੁਸੀਂ ਸਮੇਂ ਦੇ ਵਕਤ ਦੇ ਨਵਾਬ ਹੋ, ਤੁਹਾਨੂੰ ਨਹੀਂ ਜਾਣ ਦੀ ਲੋੜ। ਸੁਲਤਾਨਪੁਰ ਦਾ ਨਵਾਬ ਕਹਿਣ ਲੱਗਾ, ਕਾਜੀ ਸਾਹਿਬ ਦੇਖੋ ਜੀ, ਇੱਕ ਵਾਰੀ ਤਾਂ ਮੈਂ ਦਰਸ਼ਨ ਲਈ ਜਾਵਾਂਗਾ ਹੀ ਜਾਵਾਂਗਾ, ਦੇਖੂੰਗਾ ਉਹ ਬਾਲਕ ਬਾਰੇ ਜਿਵੇਂ ਸੁਣੀਆਂ ਗੱਲਾਂ ਕੀ ਉਹ ਸੱਚ ਆ, ਜੇ ਝੂਠੀਆਂ ਨਿਕਲੀਆਂ ਮੈਂ ਉਹਨੂੰ ਸਜ਼ਾ ਦੇਵਾਂਗਾ, ਜੇ ਸੱਚੀਆਂ ਨਿਕਲੀਆਂ ਮੈਂ ਉਹਦਾ ਮਰੀਦ ਹੋ ਜਾਵਾਂਗਾ, ਦੋ ਹੀ ਗੱਲਾਂ ਨੇ। ਇਸ ਤਰ੍ਹਾਂ ਫਿਰ ਉੱਥੋਂ ਉਹ ਘੋੜਿਆਂ 'ਤੇ ਸਵਾਰ ਹੋ ਕੇ ਜਿੱਥੇ ਬਾਬਾ ਸ਼੍ਰੀ ਚੰਦ ਜੀ ਇੱਕ ਦਰਖਤ ਹੇਠਾਂ ਬੈਠੇ ਸੀਗੇ ਉੱਥੇ ਪਹੁੰਚੇ ਆ, ਕਿਉਂਕਿ ਹੁਣ ਇਹਨਾਂ ਨੇ ਤਾਂ ਪਰਖ ਕਰਨੀ ਆ ਨਾ। ਬਾਬਾ ਸ਼੍ਰੀ ਚੰਦ ਜੀ ਦਾ ਸੁਭਾਅ ਉਵੇਂ ਹੀ, ਉਹਨਾਂ ਨੇ ਅੱਖਾਂ ਮੀਟੀਆਂ ਹੋਈਆਂ ਨੇ, ਬਹੁਤ ਸਾਰੇ ਲੋਕ ਉਹਨਾਂ ਦੇ ਅੱਗੇ ਬੈਠੇ ਹੋਏ ਆ। ਨਵਾਬ ਜਿਹੜਾ ਸੀਗਾ ਅਤੇ ਸੰਗਤ ਦੇ ਵਿੱਚੋਂ ਦੀ ਹੋ ਕੇ ਬਾਬਾ ਸ਼੍ਰੀ ਚੰਦ ਜੀ ਦੇ ਨੇੜੇ ਹੋਇਆ, ਜਾ ਕੇ ਨਮਸਕਾਰ ਕੀਤੀ ਆ, ਅਤੇ ਨਮਸਕਾਰ ਕਰਨ ਦੇ ਨਾਲ ਆਪਣੀ ਤਰਕ ਬੁੱਧੀ ਵੀ ਨਾਲ ਹੀ ਸੀਗੀ, ਫਿਰ ਉਹਨੇ ਸਵਾਲ ਵੀ ਕੀਤੇ ਆ। ਕਹਿਣ ਲੱਗੇ, ਬਾਬਾ ਜੀ ਮੈਨੂੰ ਸਵਾਲਾਂ ਦੇ ਜਵਾਬ ਨਹੀਂ ਮਿਲ ਰਹੇ, ਕਿਰਪਾ ਕਰਕੇ ਸਵਾਲਾਂ ਦੇ ਜਵਾਬ ਹੀ ਦੇ ਦਿਓ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਹੋ। ਕਹਿੰਦੇ ਧੀਰ ਜਵਾਨ ਕੌਣ ਹੁੰਦਾ, ਅਸਲ ਵਿੱਚ ਧੀਰ ਜਵਾਨ ਆਪਾਂ ਕਿਹਨੂੰ ਕਹਿ ਸਕਦੇ ਹਾਂ, ਅਤੇ ਅਸਲ ਸੂਰਮਾ ਕੌਣ ਹੁੰਦਾ। ਇੱਕ ਸਵਾਲ ਕੀਤਾ, ਦੂਜਾ ਨਾਲ ਹੀ ਕਰ ਦਿੱਤਾ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਜਾਣਿਆ ਕਿ ਸਵਾਲਾਂ ਦੇ ਜਵਾਬ ਲੈਣ ਲਈ ਆਏ ਆ, ਮੈਨੂੰ ਜਵਾਬ ਦੇਣਾ ਚਾਹੀਦਾ। ਉਹਨਾਂ ਨੇ ਬਹੁਤ ਪ੍ਰੇਮ ਨਾਲ ਜਵਾਬ ਦਿੱਤਾ। ਕਹਿਣ ਲੱਗੇ, ਦੇਖੋ ਨਵਾਬ ਜੀ, ਕੋਈ ਵੀ ਇਨਸਾਨ ਹੋਵੇ, ਜਦੋਂ ਬੁਰੇ ਵਿਚਾਰ ਆਉਣ, ਬੁਰਾ ਖਿਆਲ ਆਵੇ, ਉਹਨੂੰ ਰੋਕ ਲਵੇ, ਕਰੇ ਹੀ ਨਾ, ਉਹਨੂੰ ਧੀਰ ਜਵਾਨ ਕਿਹਾ ਜਾਂਦਾ। ਜਦੋਂ ਵੱਡੀ ਸਮੱਸਿਆ ਆ ਜਾਏ, ਉਹਦੇ ਵਿੱਚ ਵੀ ਹੌਂਸਲਾ ਨਾ ਛੱਡੇ, ਉਹ ਬੰਦੇ ਨੂੰ ਧੀਰ ਜਵਾਨ ਕਹਿੰਦੇ, ਵੀ ਇਹਦੇ ਵਿੱਚ ਧੀਰਜ ਬਹੁਤ ਆ। ਅਤੇ ਜਿਹੜਾ ਬੰਦਾ ਆਪਣੇ ਵਿਕਾਰਾਂ ਨੂੰ ਕਾਬੂ 'ਚ ਕਰ ਲਵੇ, ਵੱਸ 'ਚ ਕਰ ਲਵੇ, ਉਹੀ ਅਸਲ ਸੂਰਮਾ, ਜਿਹੜਾ ਮਨ ਨੂੰ ਵੱਸ 'ਚ ਕਰ ਲਵੇ। ਇਹ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਸੀ, ਕਿਉਂਕਿ ਬਾਹਰੀ ਤੌਰ 'ਤੇ ਬਹੁਤ ਚੀਜ਼ਾਂ ਵੱਸ 'ਚ ਆ ਜਾਂਦੀਆਂ, ਪਰ ਆ ਮਨ ਰਿਪ ਜੀਤੇ ਸਭ ਰਿਪ ਜੀਤੇ, ਆ ਮਨ ਨੂੰ ਜਿਹੜਾ ਕਾਬੂ 'ਚ ਕਰਨਾ ਵੱਡਾ ਕੰਮ ਆ, ਇਹ ਸੂਰਮਿਆਂ ਦਾ ਕੰਮ ਹੁੰਦਾ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਇਸ ਤਰ੍ਹਾਂ ਜਦੋਂ ਕਿਹਾ ਅਤੇ ਨਵਾਬ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਕਹਿਣ ਲੱਗੇ, ਕਮਾਲ ਕਰ ਦਿੱਤੀ, ਇੰਨਾ ਸੁੰਦਰ ਜਵਾਬ, ਵਾਕਈ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬਜ਼ਾਦੇ ਹੋ। ਇੰਨਾ ਹੀ ਨਹੀਂ, ਗੁਰਮੁਖ ਪਿਆਰਿਓ, ਬਾਬਾ ਸ਼੍ਰੀ ਚੰਦ ਜੀ ਮਨ ਵਿੱਚ ਕੀ ਚੱਲ ਰਿਹਾ ਸੀਗਾ, ਪਿੱਛੇ ਕੀ ਹੋਇਆ ਸੀ, ਸਭ ਜਾਣਦੇ ਸੀ। ਕਹਿੰਦੇ, ਦੇਖੋ ਜੀ, ਜਿਹੜਾ ਵੀ ਕੋਈ ਨਵਾਬ ਇਉਂ ਕਹੇ ਵੀ ਸਾਧੂ ਸੰਤਾਂ ਨੂੰ ਮੈਂ ਸਜ਼ਾ ਦਊਂਗਾ, ਉਹਨਾਂ ਦੀ ਪਰਖ ਕਰੂੰਗਾ, ਉਹਨੂੰ ਧੀਰ ਜਵਾਨ ਨਹੀਂ ਕਿਹਾ ਜਾ ਸਕਦਾ। ਹੁਣ ਇੱਥੇ ਗੱਲ ਇਹ ਤੁਸੀਂ ਧਿਆਨ ਦੇ ਨਾਲ ਜੇ ਸੁਣੀ ਆ, ਪਿੱਛੇ ਨਵਾਬ ਨੇ ਕਾਜੀ ਨੂੰ ਕਿਹਾ ਸੀ ਕਿ ਮੈਂ ਬਾਬਾ ਸ਼੍ਰੀ ਚੰਦ ਦੀ ਪਰਖ ਕਰੂੰਗਾ, ਜੇ ਸੱਚੇ ਸਾਧੂ ਹੋਏ ਮੱਥਾ ਟੇਕੂੰਗਾ, ਮਰੀਦ ਬਣ ਜੂੰ, ਜੇ ਝੂਠੇ ਪਖੰਡੀ ਹੋਏ ਸਜ਼ਾ ਦਊਂਗਾ। ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦੇ ਦਿਲ ਦੀ ਗੱਲ ਕਹਿਤੀ। ਹੁਣ ਜਦੋਂ ਦਿਲ ਦੀ ਗੱਲ ਕਹਿਤੀ, ਮਨ ਦੀ ਗੱਲ ਕਹਿਤੀ, ਫਿਰ ਉਹ ਚਰਨਾਂ 'ਤੇ ਢਹਿਣਾ ਹੀ ਸੀ ਨਾ ਜੀ, ਗੁਰਮੁਖ ਪਿਆਰਿਓ, ਕਿਉਂਕਿ ਫਿਰ ਮਾਨ ਟੁੱਟ ਗਿਆ, ਉਹ ਹੋਮੈ ਟੁੱਟ ਗਈ ਸਾਰੀ ਜੋ ਲੈ ਕੇ ਆਏ ਸੀ, ਤਰਕ ਬੁੱਧੀ ਵੀ ਖਤਮ ਹੋ ਗਈ ਕਿ ਬਾਬਾ ਜੀ ਨੇ ਤਾਂ ਦਿਲ ਦੀ ਗੱਲ ਹੀ ਕਹਿਤੀ ਜੋ ਮੈਂ ਪਿੱਛੇ ਕਹਿ ਕੇ ਆਇਆ, ਫਿਰ ਚਰਨਾਂ 'ਤੇ ਢਹੇ ਆ।
ਹੁਣ ਤਾਂ ਕਾਜੀ ਜਿਹੜਾ ਸੀ ਉਹਨੇ ਵੀ ਬਾਬਾ ਜੀ ਨੂੰ ਮੱਥਾ ਟੇਕਿਆ। ਘੋੜ ਸਵਾਰ ਨਾਲ ਸੈਨਾਪਤੀ ਸੈਨਿਕ ਜਿਹੜੇ ਵਜ਼ੀਰ ਉਮਰਾਵ ਆਏ ਸੀ ਸਾਰਿਆਂ ਨੇ ਮੱਥਾ ਟੇਕਿਆ। ਅਤੇ ਫਿਰ ਨਵਾਬ ਕਹਿੰਦਾ ਜੀ ਮੈਥੋਂ ਭੁੱਲ ਹੋ ਗਈ, ਮੈਂ ਤਾਂ ਹੋਮੇ 'ਚ ਆ ਕੇ ਨਾ ਇਹ ਕਹਿ ਦਿੱਤਾ ਵੀ ਸਾਧੂ ਸੰਤਾਂ ਦੀ ਪਰਖ ਨਹੀਂ ਕਰਨੀ ਚਾਹੀਦੀ, ਮੈਨੂੰ ਪਤਾ ਲੱਗ ਗਿਆ ਸਾਧੂ ਸੰਤਾਂ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਫਿਰ ਮੱਥਾ ਟੇਕਿਆ ਅਤੇ ਆਪਣੇ ਰਾਜ ਮਹਿਲਾਂ ਨੂੰ ਵਾਪਸ ਚਲਾ ਗਿਆ ਇਹ ਨਵਾਬ, ਜਿੱਥੇ ਇਹਦੀ ਸਾਰੀ ਕਿਰਤ ਕਰਦਾ ਸੀ, ਬਹਿੰਦਾ ਸੀ, ਕਚਹਿਰੀ ਲਾਉਂਦਾ ਸੀ, ਉੱਧਰ ਨੂੰ ਹੋ ਤੁਰਿਆ। ਅਤੇ ਇੱਕ ਹੋਰ ਇਹਦੇ ਨਾਲ ਸਾਖੀ ਬੜੀ ਪਿਆਰੀ ਆਉਂਦੀ ਆ। ਹੁਣ ਬਾਬਾ ਸ਼੍ਰੀ ਚੰਦ ਜੀ ਕਈ ਥਾਂ 'ਤੇ ਮੁਕਾਮ ਕਰਦੇ ਹੋਏ ਜਦੋਂ ਦੁਆਰਕਾ ਪਹੁੰਚੇ ਆ, ਇੱਥੋਂ ਸਦਾਮਾਪੁਰੀ ਕਈ ਸ਼ਹਿਰਾਂ ਤੋਂ ਹੁੰਦੇ ਹੋਏ ਗੁਜਰਾਤ ਕਾਠੀਆਵਾੜ ਦੇ ਵਿੱਚ ਪਹੁੰਚੇ, ਇੱਥੇ ਕਈ ਲੋਕਾਂ ਦਾ ਉਧਾਰ ਕੀਤਾ, ਸਾਧੂ ਸੰਤ ਮਿਲੇ, ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤਾ, ਧਰਮ ਕਮਾਉਣ ਦਾ ਉਹਨਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਧਰਮ ਕਮਾਈ ਦਾ, ਧਰਮ ਦਾ ਪ੍ਰਚਾਰ ਕਰਦੇ ਮੇਵਾੜ ਰਾਜਸਥਾਨ ਦੇ ਵਿੱਚ ਪਹੁੰਚੇ ਆ ਬਾਬਾ ਸ਼੍ਰੀ ਚੰਦ ਜੀ। ਇੱਥੇ ਨਾ ਅਜੀਬ ਘਟਨਾ ਹੋਈ ਆ, ਉਹ ਮਹਾਰਾਣਾ ਪ੍ਰਤਾਪ ਦੀ ਆ। ਇਹ ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ ਗੁਰਮੁਖ ਪਿਆਰਿਓ, ਬਾਬਾ ਜੀ ਵਿੱਚ ਇੰਨੀ ਸ਼ਕਤੀ, ਇੰਨੇ ਉਹਨਾਂ ਦੇ ਬਚਨ ਅਟੱਲ, ਕਮਾਲ ਆ ਇਹ ਗੁਰਮੁਖ ਪਿਆਰਿਓ। ਪਹਿਲਾਂ ਤੁਸੀਂ ਸ਼ਾਇਦ ਹੀ ਇਹ ਸਾਖੀ ਸੁਣੀ ਹੋਵੇ, ਜਦੋਂ ਬਾਬਾ ਸ਼੍ਰੀ ਚੰਦ ਜੀ ਇੱਥੇ ਰਾਜਸਥਾਨ ਪਹੁੰਚੇ ਆ, ਇੱਥੇ ਉਹਨਾਂ ਨੂੰ ਮਹਾਰਾਣਾ ਪ੍ਰਤਾਪ ਦੇ ਬਾਰੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਰਾਜਪੂਤੀ ਸ਼ਾਨ ਨੂੰ ਕਿਵੇਂ ਬਰਕਰਾਰ ਰੱਖਣ ਲਈ ਜ਼ੁਲਮ ਦਾ ਟਾਕਰਾ ਕੀਤਾ ਵਾ। ਫਿਰ ਬਾਬਾ ਸ਼੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਵੀ ਇਹੋ ਜਿਹਾ ਰਾਜਾ ਹੈ ਕੋਈ ਅਜੇ ਜਿਹੜਾ ਕਿ ਇਹ ਰਾਜਪੂਤਾਂ ਦੇ ਵਿੱਚ ਗਰਾਵਟ ਨਹੀਂ ਆਉਣ ਦੇ ਰਿਹਾ। ਭਾਵ ਕਿ ਜਿਹੜੇ ਰਾਜਪੂਤ ਰਾਜੇ ਸੀਗੇ ਉਹਨਾਂ ਨੇ ਕੀ ਕੀਤਾ ਸੀਗਾ, ਸਭ ਕੁਝ ਆਪਣਾ ਛੱਡ ਦਿੱਤਾ ਸੀਗਾ, ਡਰ ਗਏ ਸੀ ਉਹ। ਪਰ ਮਹਾਰਾਣਾ ਪ੍ਰਤਾਪ ਜੀ ਨੇ ਹਿੰਦੂ ਧਰਮ ਨੂੰ ਨੀਵਾਂ ਨਹੀਂ ਹੋਣ ਦਿੱਤਾ। ਧਰਮ ਕੋਈ ਮਜ਼ਹਬ ਕੋਈ ਵੀ ਮਾੜਾ ਨਹੀਂ ਹੁੰਦਾ ਗੁਰਮੁਖ ਪਿਆਰਿਓ, ਉਹਨਾਂ ਨੇ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਕੀਤਾ। ਇਹਨਾਂ ਦਿਨਾਂ ਵਿੱਚ ਮਹਾਰਾਣਾ ਪ੍ਰਤਾਪ ਜੀ ਜਿਹੜੇ ਸੀਗੇ ਬਾਦਸ਼ਾਹ ਅਕਬਰ ਦੇ ਕੋਲੋਂ ਕਿਲ੍ਹਾ ਚਿਤੌੜ ਨੂੰ ਛੁਡਾਉਣ ਦੀਆਂ ਇਹ ਸੋਚਾਂ ਸੋਚਦੇ ਸੀ ਅਤੇ ਜੰਗ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸੀਗੇ ਵੀ ਕਿਵੇਂ ਜੰਗ ਕਰਨੀ ਆ, ਅਤੇ ਥੋੜ੍ਹਾ ਘਬਰਾਏ ਵੀ ਸੀਗੇ ਇਸ ਵਾਰ ਵੀ ਐਡੇ ਵੱਡੇ ਮੁਗਲ ਸਮਰਾਟ ਦੇ ਨਾਲ ਜੰਗ ਕਰਨੀ ਆ ਕਿਵੇਂ ਹੋਊਗੀ, ਬੰਦੇ ਨੂੰ ਹੋ ਹੀ ਜਾਂਦਾ ਨਾ ਗੁਰਮੁਖ ਪਿਆਰਿਓ। ਤਾਂ ਇਹਨਾਂ ਨੂੰ ਉਦੋਂ ਫਿਰ ਸੁਪਨੇ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਦਰਸ਼ਨ ਦਿੱਤੇ ਸੀਗੇ। ਇਹ ਜਿਹੜੇ ਸੁਪਨੇ ਦੇ ਵਿੱਚ ਦਰਸ਼ਨ ਹੋਏ ਆ ਨਾ, ਇਹ ਸ਼ਿਵ ਦੇ ਰੂਪ ਵਿੱਚ ਜਿਹੜੇ ਆ ਅਤੇ ਦਰਸ਼ਨ ਹੋਏ ਸੀਗੇ। ਕਿਉਂ ਦਰਸ਼ਨ ਦਿੱਤੇ ਆ? ਮਹਾਰਾਣਾ ਪ੍ਰਤਾਪ ਇੱਕ ਹਿੰਦੂ ਰਾਜਪੂਤ ਰਾਜੇ ਸੀਗੇ, ਸ਼ਿਵਜੀ ਉੱਪਰ ਉਹਨਾਂ ਦੀ ਟੇਕ ਸੀਗੀ, ਉਹਨਾਂ ਦੇ ਉੱਪਰ ਯਕੀਨ ਸੀ, ਭਰੋਸਾ ਸੀ, ਇਸ ਕਰਕੇ। ਅਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਇਹ ਵੀ ਉਦਾਸੀਨ ਮਤ ਦੇ ਨਾਲ ਸੰਬੰਧ ਰੱਖਦੇ ਆ। ਇਹਨਾਂ ਨੇ ਗੱਲ ਸਪਸ਼ਟ ਕੀਤੀ ਆ ਵੀ ਅਸੀਂ ਕੋਈ ਸ਼ਿਵਜੀ ਨਹੀਂ ਹੈਗੇ, ਅਸੀਂ ਕੋਈ ਉਹਨਾਂ ਦਾ ਰੂਪ ਨਹੀਂ ਹੈਗੇ। ਹਾਂ, ਜਦੋਂ ਐਸੇ ਹੀ ਕਿਸੇ 'ਤੇ ਕਿਰਪਾ ਕਰਨੀ ਹੁੰਦੀ ਆ, ਉਹ ਜਦੋਂ ਕੋਈ ਭਗਤ ਜਿਹੜੇ ਰੂਪ ਦੇ ਵਿੱਚ ਚੇਤੇ ਕਰਦਾ ਕਿਸੇ ਨੂੰ, ਉਸੇ ਰੂਪ ਵਿੱਚ ਫਿਰ ਇਹ ਮਹਾਂਪੁਰਖ ਜਿਹੜੇ ਹੁੰਦੇ ਆ ਦਰਸ਼ਨ ਦਿੰਦੇ ਹੁੰਦੇ ਆ। ਤਾਂ ਇਹ ਇੱਥੇ ਮੈਂ ਸਪਸ਼ਟ ਕਰਦਿਆਂ ਗੁਰਮੁਖ ਪਿਆਰਿਓ, ਬਾਬਾ ਜੀ ਨੇ ਸ਼ਿਵ ਸਰੂਪ ਦੇ ਵਿੱਚ ਰਾਤ ਨੂੰ ਦਰਸ਼ਨ ਜਦੋਂ ਦਿੱਤੇ ਆ, ਉਹ ਸਰੂਪ ਇੱਦਾਂ ਦਾ ਵੀ ਭਸਮ ਮਿਲੀ ਹੋਈ ਆ ਸਰੀਰ 'ਤੇ, ਅਤੇ ਉਹ ਉੱਦਾਂ ਦਾ ਸਰੂਪ ਆ ਨਾ ਬਾਬਾ ਸ਼੍ਰੀ ਚੰਦ ਜੀ ਦਾ, ਤੁਸੀਂ ਦੇਖਿਓ ਵਿਰਾਗ ਵਾਲਾ। ਤਾਂ ਇਹਦੇ ਵਿੱਚ ਇਹ ਗੱਲ ਸਪਸ਼ਟਤਾ ਸਾਨੂੰ ਚਾਹੀਦੀ ਆ, ਦਿਮਾਗ ਨਾਲ ਸਾਨੂੰ ਸੋਚਣਾ ਚਾਹੀਦਾ ਥੋੜ੍ਹਾ ਵੀ ਮਹਾਂਪੁਰਖ ਜਿਹੜੇ ਹੁੰਦੇ ਆ ਉਹ ਉਸੇ ਸਰੂਪ ਵਿੱਚ ਹੀ ਦਰਸ਼ਨ ਦਿੰਦੇ ਹੁੰਦੇ ਆ ਵੀ ਜਿਹੜਾ ਗਾਂਹ ਵਾਲਾ ਜਿਹਦੀ ਭਾਵਨਾ ਜਿਹੋ ਜਿਹੀ ਹੋਵੇ। ਸਵੇਰ ਹੋਈ, ਉੱਥੇ ਅਨੋਖੀ ਘਟਨਾ ਵਾਪਰੀ ਆ, ਅੱਖਾਂ ਖੁੱਲ੍ਹੀਆਂ ਮਹਾਰਾਣਾ ਪ੍ਰਤਾਪ ਦੀਆਂ, ਸੁਪਨਾ ਦੇਖਿਆ ਵੀ ਸੁਪਨਾ ਸੀ, ਇਉਂ ਲੱਗਦਾ ਵੀ ਸੱਚ ਆ, ਪਤਾ ਲੱਗਿਆ ਵੀ ਇੱਥੇ ਵੀ ਕੋਈ ਸਾਧੂ ਆਏ ਹੋਏ ਆ।
ਜਿਨ੍ਹਾਂ ਦੇ ਸੱਜੇ ਕੰਨ ਵਿੱਚ ਕੁਦਰਤੀ ਮਾਸ ਦੀ ਮੁੰਦਰਾ ਪਾਈ ਹੋਈ ਆ। ਸੁਨਹਿਰੇ ਰੰਗ ਦੀਆਂ ਲੰਮੀਆਂ ਲੰਮੀਆਂ ਲਿੱਟਾਂ ਨੇ। ਤਾਂ ਜਦੋਂ ਇਸ ਤਰ੍ਹਾਂ ਸੁਣਿਆ ਮਹਾਰਾਣਾ ਪ੍ਰਤਾਪ ਨੇ ਵੀ ਸੁਪਨੇ ਵਿੱਚ ਜਿਹੜੇ ਮੈਂ ਦੇਖੇ ਆ ਕਿਤੇ ਉਹੀ ਸੰਤ ਤਾਂ ਨਹੀਂ ਹੈਗੇ ਇਹ। ਫਿਰ ਜਾ ਕੇ ਮਹਾਰਾਣਾ ਪ੍ਰਤਾਪ ਨੇ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਜਾ ਕੇ ਅਨੂਪਮ ਦਰਸ਼ਨ ਕੀਤੇ ਅਤੇ ਚਰਣਾਂ 'ਤੇ ਸੀਸ ਝੁਕਾਇਆ। ਜਦੋਂ ਫਿਰ ਉੱਥੇ ਜਾ ਕੇ ਦੇਖਿਆ ਕਿ ਬਾਬਾ ਸ਼੍ਰੀ ਚੰਦ ਜੀ ਤਾਂ ਉਹੀ ਨੇ ਜਿਹੜੇ ਸੁਪਨੇ ਦੇ ਵਿੱਚ ਉਹਨਾਂ ਨੂੰ ਦਿਸੇ ਸੀਗੇ, ਨਜ਼ਰ ਆਏ ਸੀ, ਵੀ ਜੋ ਸੁਪਨੇ 'ਚ ਦੇਖਿਆ ਵਾਕਈ ਤਾਂ ਉਹੀ ਮਹਾਂਪੁਰਖ ਆ। ਨਿਸ਼ਚਾ ਕੀਤਾ ਕਿ ਇਹੀ ਆ ਜਿਹੜੇ ਮੈਨੂੰ ਜਿੱਤ ਦਵਾ ਸਕਦੇ ਆ। ਵਾਪਸ ਬੇਨਤੀ ਕੀਤੀ, ਕਹਿਣ ਲੱਗੇ ਜੀ ਕਿਰਪਾ ਕਰੋ, ਉਹ ਅਕਬਰ ਬਾਦਸ਼ਾਹ ਤੋਂ ਚਿਤੌੜ ਦਾ ਕਿਲਾ ਮੈਂ ਫਤਿਹ ਕਰ ਲਾਂ, ਜਿੱਤ ਲਾਂ ਮੈਂ, ਕਿਰਪਾ ਕਰੋ ਮੇਰੇ 'ਤੇ, ਵੀ ਆਪ ਜੀ ਕੋਈ ਕਲਾਵਾਨ ਸਾਧੂ ਹੋ ਜਿਨ੍ਹਾਂ ਨੇ ਮੈਨੂੰ ਸੁਪਨੇ 'ਚ ਦਰਸ਼ਨ ਦਿੱਤੇ ਆ, ਮਿਹਰਬਾਨ ਹੋਏ ਹੋ ਮੇਰੇ 'ਤੇ, ਮੇਰੇ 'ਤੇ ਬੜੀ ਕਿਰਪਾ ਹੋਈ ਆ। ਮੈਂ ਛੱਤਰੀ ਵੰਸ਼ ਧਰਮ ਅਤੇ ਰਾਜਪੂਤੀ ਸ਼ਾਨ ਨੂੰ ਮੁੜ ਬਹਾਲ ਕਰਾਂ, ਇਹ ਮੇਰੇ ਅੰਦਰ ਇੱਕ ਜਗਿਆਸਾ ਇੱਛਾ ਵਾ। ਮੈਂ ਅਕਬਰ ਦੇ ਨਾਲ ਟੱਕਰ ਲੈਣ ਲੱਗਾ, ਅਸੀਸ ਦਿਓ ਮੈਨੂੰ, ਮੈਂ ਆਪਣੇ ਮੰਤਵ ਦੇ ਵਿੱਚ ਸਫਲ ਹੋਵਾਂ। ਮਹਾਰਾਣਾ ਪ੍ਰਤਾਪ ਵਾਰ ਵਾਰ ਬਾਬਾ ਸ਼੍ਰੀ ਚੰਦ ਜੀ ਅੱਗੇ ਮੱਥਾ ਟੇਕਦੇ ਆ, ਵਾਰ ਵਾਰ ਮੱਥਾ ਟੇਕਦੇ ਆ। ਤਾਂ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਦੇਖੋ ਜੀ, ਜਿੱਤ ਹਾਰ ਕਰਤਾਰ ਦੇ ਹੁਕਮ ਅੰਦਰ ਹੁੰਦੀ ਆ, ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਆਪਣੇ ਪਿਤਾ ਜੀ ਦੀ ਜਿਹੜੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜੋ ਕਹਿੰਦੀ ਆ, ਉਹੀ ਗੱਲ ਬਾਬਾ ਸ਼੍ਰੀ ਚੰਦ ਜੀ ਨੇ ਕਹੀ ਆ। ਕਹਿੰਦੇ ਦੇਖੋ, ਆਪਣੇ ਨੇਕ ਇਰਾਦੇ ਅਤੇ ਧਰਮ ਦੀ ਸ਼ਾਨ ਉੱਤੇ ਕੁਰਬਾਨ ਹੋ ਜਾਣ ਦੀ ਦ੍ਰਿੜਤਾ ਜਿਹੜੇ ਬੰਦੇ 'ਚ ਹੁੰਦੀ ਆ, ਉਹਦੇ 'ਤੇ ਕਰਤਾਰ ਦੀ ਬਖਸ਼ਿਸ਼ ਹੀ ਨਿਰਾਲੀ ਹੁੰਦੀ ਆ। ਇਸ ਕਰਕੇ ਇਹੀ ਭਾਗਵਤ ਗੀਤਾ ਦਾ ਗਿਆਨ ਆ। ਭਾਗਵਤ ਗੀਤਾ ਵੀ ਇਹ ਕਹਿੰਦੀ ਆ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਹ ਸਿਧਾਂਤ ਆ, ਜੋ ਜੈਸਾ ਬੀਜੇਗਾ ਤੈਸਾ ਫਲ ਉਹਨੂੰ ਮਿਲੇਗਾ। ਐਸਾ ਹੋਣ 'ਤੇ ਬੰਦੇ ਦਾ ਜਸ ਵੀ ਹੁੰਦਾ, ਸੱਚੇ ਮਾਰਗ ਚੱਲਦਿਆਂ ਔਸਤ ਕਰੇ ਜਹਾਨ। ਬਹੁਤ ਸੋਹਣੇ ਬਚਨ ਬਾਬਾ ਸ਼੍ਰੀ ਚੰਦ ਜੀ ਨੇ ਮਹਾਰਾਣਾ ਪ੍ਰਤਾਪ ਨੂੰ ਕੀਤੇ ਸੀਗੇ। ਬਾਬਾ ਜੀ ਦੇ ਜਿਹੜੇ ਬਚਨ ਸੀਗੇ ਨਾ ਸ਼੍ਰੀ ਚੰਦ ਜੀ ਦੇ, ਉਹਨਾਂ ਨੇ ਮਹਾਰਾਣਾ ਪ੍ਰਤਾਪ ਦਾ ਹੌਂਸਲਾ ਵਧਾਇਆ। ਜਿਵੇਂ ਦੇਖੋ, ਭਗਵਾਨ ਕ੍ਰਿਸ਼ਨ ਜੀ ਨੇ ਛੱਤਰੀ ਧਰਮ ਨਿਭਾਉਣ ਨੂੰ ਸ਼੍ਰੀ ਅਰਜਨ ਨੂੰ ਗੀਤਾ ਦਾ ਗਿਆਨ ਸੁਣਾਇਆ ਸੀ ਨਾ, ਜਦੋਂ ਉਹਨੇ ਹਥਿਆਰ ਸੁੱਟਦੇ ਸੀ ਕੁਰਕਸ਼ੇਤਰ ਦੇ ਮੈਦਾਨ 'ਚ, ਬਿਲਕੁਲ ਇੱਦਾਂ ਮਹਾਰਾਣਾ ਪ੍ਰਤਾਪ ਨੂੰ ਹੌਂਸਲਾ ਕਿਹਨੇ ਦਿੱਤਾ? ਬਾਬਾ ਸ਼੍ਰੀ ਚੰਦ ਜੀ ਨੇ। ਬਾਬਾ ਸ਼੍ਰੀ ਚੰਦ ਜੀ ਮੁਸਕਰਾਏ, ਕਹਿਣ ਲੱਗੇ ਕਿ ਤੁਸਾਂ ਨੂੰ ਕੁਝ ਆਖਣ ਵਿੱਚ ਅਸੀਂ ਵਧੇਰੇ ਹੱਕ ਰੱਖਦੇ ਹਾਂ, ਬਹੁਤ ਹੱਕ ਰੱਖਦੇ ਹਾਂ, ਕਿਉਂਕਿ ਤੁਸੀਂ ਸਾਨੂੰ ਬੜੇ ਚੰਗੇ ਲੱਗਦੇ ਹੋ। ਚੰਗੇ ਤਾਂ ਲੱਗਦੇ ਹੋ, ਆਪਦੇ ਮਜ਼ਹਬ ਆਪਣੇ ਧਰਮ ਦੇ ਵਿੱਚ ਪੂਰੇ ਹੋ, ਤੁਸੀਂ ਖਰੇ ਹੋ। ਮਹਾਰਾਣਾ ਪ੍ਰਤਾਪ ਨੂੰ ਜਦੋਂ ਸੁੰਦਰ ਬਚਨ ਕਰ ਦਿੱਤੇ ਗੁਰਮੁਖ ਪਿਆਰਿਓ, ਇੱਕ ਸਾਧ ਬਚਨ ਟਲਾਦਾ, ਤਾਂ ਉਦੋਂ ਫਿਰ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਮੇਰੇ ਨਾਲ ਆ, ਇਹਨਾਂ ਦੇ ਬਚਨ ਮੇਰੇ ਨਾਲ ਆ। ਉਸ ਵਕਤ ਫਿਰ ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ। ਇੱਥੇ ਗੱਲ ਮੈਂ ਸਪਸ਼ਟ ਤੌਰ 'ਤੇ ਕਹਿ ਦਿਆਂ, ਮਤਾ ਸੋਚਣਾ ਗੁਰਮੁਖ ਪਿਆਰਿਓ, ਬਾਬਾ ਸ਼੍ਰੀ ਚੰਦ ਜੀ ਕੋਈ ਸ਼ਿਵ ਦਾ ਅਵਤਾਰ ਨੇ, ਮਤਾ ਸੋਚਣਾ, ਇਹ ਆਪ ਜੀ ਨੂੰ ਕੋਈ ਕਹਿ ਵੀ ਸਕਦਾ। ਹਾਂ, ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਦੁਨੀਆ ਉੱਪਰ ਬਹੁਤ ਤਪੱਸਵੀ ਹੋਏ ਆ, ਜਿਨ੍ਹਾਂ ਨੇ ਵਿਰਾਗ ਧਾਰਨ ਕੀਤਾ, ਭੋਲੇਨਾਥ ਜੀ, ਸ਼ੰਕਰ ਭਗਵਾਨ ਜੀ ਹੋਏ ਆ, ਪਰ ਸਾਡਾ ਮਤ ਉਹਨਾਂ ਨਾਲੋਂ ਥੋੜ੍ਹਾ ਹਟ ਕੇ ਆ। ਇਹ ਬਾਬਾ ਸ਼੍ਰੀ ਚੰਦ ਜੀ ਨੇ ਆਪ ਬਚਨ ਕੀਤੇ ਆ, ਜਨਮ ਸਾਖੀ 'ਚ ਲਿਖੇ ਹੋਏ ਆ। ਇਹ ਤਾਂ ਰੇ ਮਨ ਐਸੋ ਕਰ ਸਨੇ ਆਸਾ, ਮਨਸੇ ਸਦਨ ਸਭੈ ਕਰ ਸਮਝੋ ਘਰ ਹੀ ਮਾਹੇ ਉਦਾਸਾ। ਇੱਕ ਉਦਾਸੀ ਇਹ ਵੀ ਹੁੰਦੀ ਆ, ਰਹਿਣਾ ਘਰ ਦੇ ਵਿੱਚ, ਪਰ ਜਿਹੜਾ ਚੇਤਾ ਕਰਤਾਰ ਦੇ ਵੱਲ ਰੱਖਣਾ, ਨਿਰੰਕਾਰ ਦੇ ਵੱਲ ਰੱਖਣਾ। ਵਿਰਾਗ ਬੜੇ ਤਰ੍ਹਾਂ ਦਾ ਹੁੰਦਾ,
ਇਸ ਤਰ੍ਹਾਂ ਇਹ ਚੀਜ਼ਾਂ ਨੂੰ ਨਾ ਸਮਝਣ ਲਈ ਥੋੜ੍ਹਾ ਜਿਹਾ ਸਾਨੂੰ ਸ਼ਰਧਾ ਦੀ ਵੀ, ਗਿਆਨ ਦੀ ਵੀ ਅਤੇ ਸਾਨੂੰ ਵਿਵੇਕ ਦੀ ਵੀ ਲੋੜ ਪੈਂਦੀ ਆ। ਪਰ ਜਿਹੜਾ ਕਿ ਅਸੀਂ ਤਰਕ ਬੁੱਧੀ ਕਰਕੇ ਸਾਰਾ ਆਪਣਾ ਖਤਮ ਕਰ ਰਹੇ ਹਾਂ, ਤਾਂ ਬਾਬਾ ਸ਼੍ਰੀ ਚੰਦ ਜੀ ਨੇ ਮਹਾਰਾਣਾ ਪ੍ਰਤਾਪ ਉਹਨਾਂ ਦੇ ਉੱਪਰ ਬੜੀ ਕਿਰਪਾ ਕੀਤੀ ਸੀਗੀ, ਇਵੇਂ ਇਹਨਾਂ ਦਾ ਮੇਲ ਹੋਇਆ ਸੀਗਾ। ਬਾਬਾ ਸ਼੍ਰੀ ਚੰਦ ਜੀ ਵਿੱਚ ਬੜੀ ਸ਼ਕਤੀ ਸੀਗੀ। ਇੱਕ ਵਾਰੀ ਕੀ ਹੋਇਆ ਸੀਗਾ, ਸਿੰਧ ਦੇ ਕੁਝ ਲੋਕ ਬਾਰਠ ਦੇ ਵਿੱਚ ਆ ਕੇ ਬਾਬਾ ਜੀ ਨੂੰ ਬੇਨਤੀ ਕਰਦੇ ਆ, ਮੁਹੰਮਦ ਖਾਨ ਜਿਹੜਾ ਬਾਕੀ ਆ ਨਾ, ਇਹ ਬਹੁਤ ਜ਼ਿਆਦਾ ਜ਼ੁਲਮ ਕਰ ਰਿਹਾ, ਬਹੁਤ ਹਉਮੈ ਵਿੱਚ, ਹੰਕਾਰ ਦੇ ਵਿੱਚ ਆ ਇਹ ਬਹੁਤ ਜ਼ਿਆਦਾ। ਇਹ ਕੀ ਕਰਦਾ, ਹਿੰਦੂਆਂ ਨੂੰ ਆਪਦੇ ਜ਼ੋਰ ਨਾਲ ਮੁਸਲਮਾਨ ਬਣਾ ਰਿਹਾ, ਬਹੁਤ ਜ਼ੁਲਮ ਕਰੀ ਜਾਂਦਾ ਉਹਨਾਂ 'ਤੇ, ਜਿਵੇਂ ਔਰੰਗਜ਼ੇਬ ਕਰਦਾ ਸੀ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ ਇਹ ਵੀ ਕਰੀ ਜਾਂਦਾ ਸੀਗਾ। ਤਾਂ ਉਹ ਸਿੰਧ ਦੇ ਲੋਕਾਂ ਨੇ ਆ ਕੇ ਬਾਬਾ ਸ਼੍ਰੀ ਚੰਦ ਜੀ ਅੱਗੇ ਫਰਿਆਦ ਕੀਤੀ ਸੀਗੀ, ਇਹ ਹਿੰਦੂਆਂ ਉੱਪਰ ਬਹੁਤ ਜ਼ੁਲਮ ਕਰਦਾ ਜੀ, ਤਿਲਕ ਨਹੀਂ ਲਾਉਣ ਦਿੰਦਾ, ਬੋਧੀ ਨਹੀਂ ਰੱਖਣ ਦਿੰਦਾ, ਠਾਕੁਰਾਂ ਦੀ ਪੂਜਾ ਨਹੀਂ ਕਰਨ ਦਿੰਦਾ, ਬਹੁਤ ਜ਼ੁਲਮ ਕਰਦਾ। ਬਾਬਾ ਜੀ ਨੂੰ ਅੰਤਰਜਾਮੀ ਜਾਣ ਕੇ, ਸ਼ਕਤੀ ਦੇ ਮਾਲਕ ਜਾਣ ਕੇ ਇਹ ਹਿੰਦੂ ਲੋਕਾਂ ਨੇ ਬਹੁਤ ਆਪਣਾ ਦੁੱਖ ਦਰਦ ਸੁਣਾਇਆ। ਜਦੋਂ ਫਿਰ ਬਾਬਾ ਜੀ ਨੇ ਸੁਣਿਆ, ਉਹ ਕਹਿਣ ਲੱਗੇ ਇਹੋ ਜਿਹਾ ਇਹ ਇਨਸਾਨ, ਭਾਵ ਕਿ ਇੰਨਾ ਜ਼ੁਲਮ ਕਰ ਰਿਹਾ। ਉਹਨਾਂ ਨੇ ਕੀ ਕੀਤਾ, ਆਪਣੇ ਆਸਣ ਉੱਤੇ ਦੋਵੇਂ ਵੇਲੇ ਸੰਖ, ਘੜਿਆਲ, ਆਰਤੀ ਸਭ ਕੁਝ ਕਰਨਾ ਸ਼ੁਰੂ ਕੀਤਾ। ਕਿਉਂ, ਵੀ ਇਹ ਹਿੰਦੂ ਜਿਹੜੇ ਆ, ਇਹਨਾਂ ਦਾ ਧਰਮ ਜਿਹੜਾ ਇਹ ਖਤਮ ਕਰਨਾ ਚਾਹੁੰਦਾ, ਅਸੀਂ ਉਹ ਮਰਿਆਦਾ ਕਰਕੇ ਦਿਖਾਉਂਦੇ ਹਾਂ, ਸਾਨੂੰ ਕੋਈ ਰੋਕ ਕੇ ਦਿਖਾਵੇ। ਇਹ ਬਾਬਾ ਸ਼੍ਰੀ ਚੰਦ ਜੀ ਕੋਈ ਆਰਤੀ ਨਹੀਂ ਸੀ ਕਰਦੇ, ਇੱਥੇ ਉਹਨਾਂ ਨੇ ਧਰਮ ਬਚਾਉਣਾ ਸੀਗਾ ਹਿੰਦੂ ਵੀਰਾਂ ਦਾ। ਇੱਥੇ ਚੀਜ਼ ਨੂੰ ਇਉਂ ਸਮਝਣਾ ਤੁਸੀਂ, ਉਹਨਾਂ ਨੇ ਤਾਂ ਥੋੜ੍ਹੇ ਸਮੇਂ ਲਈ ਆਰਤੀ ਕੀਤੀ, ਸੰਖ ਵਜਾਏ, ਘੜਿਆਲ ਵਜਾਏ, ਇਹ ਜਿਹੜੀ ਖਬਰ ਆ ਫਿਰ ਪਹੁੰਚ ਗਈ ਉਹਦੇ ਤੱਕ ਵੀ ਕੋਈ ਹੈ ਮਹਾਂਪੁਰਖ ਇੱਥੇ ਜਿਹੜਾ ਨਿਯਮਾਂ ਦੀ ਉਲੰਘਣਾ ਕਰ ਰਿਹਾ, ਵੀ ਸਾਡੀ ਕੋਈ ਜਾਣਦਾ ਹੀ ਨਹੀਂ, ਪਰਵਾਹ ਹੀ ਨਹੀਂ ਮੰਨਦਾ। ਬਾਬਾ ਸ਼੍ਰੀ ਚੰਦ ਜੀ ਉੱਥੇ ਸਿੰਧ ਜਾ ਕੇ ਵੀ, ਉਹ ਬਿਲਕੁਲ ਉਹਦੇ ਨੇੜੇ ਜਾ ਕੇ ਉਹ ਹੰਕਾਰੇ ਹੋਏ ਹਾਕਮ ਦੇ, ਅਤੇ ਉੱਥੇ ਮੁਹੰਮਦ ਖਾਨ ਆਕੀ ਦੇ ਕੋਲ ਜਾ ਕੇ ਅਤੇ ਉਹਦੇ ਨੇੜੇ ਆਰਤੀ ਕਰਦੇ ਰਹੇ, ਘੜਿਆਲ ਵਜਾਉਂਦੇ ਰਹੇ, ਸ਼ੰਖ ਵਜਾਉਂਦੇ ਰਹੇ, ਜੋ ਜੋ ਮੰਦਰ ਵਿੱਚ ਹੁੰਦਾ ਉਵੇਂ ਕਰਦੇ ਰਹੇ। ਉੱਧਰੋਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਹਿਣ ਲੱਗਾ, ਪਾਗਲ ਹੋ ਗਿਆ, ਵੀ ਇਹ ਕੌਣ ਆ ਜਿਹੜਾ ਬਿਲਕੁਲ ਵੀ ਮੇਰੇ ਤੋਂ ਡਰਦਾ ਨਹੀਂ ਹੈਗਾ। ਮੁਹੰਮਦ ਖਾਂ ਕਹਿਣ ਲੱਗਾ, ਇਹ ਕਿਹੜਾ ਪਾਗਲ ਆ ਗਿਆ ਜਿਹੜਾ ਮੇਰੇ ਇੱਥੇ ਇਲਾਕੇ ਦੇ ਵਿੱਚ ਆਰਤੀਆਂ ਕਰਦਾ, ਘੜਿਆਲ ਵਜਾਉਂਦਾ, ਸੰਖ ਪੂਰਦਾ, ਇਹ ਕਿਹੜਾ ਪਾਗਲ ਆ। ਬਾਬਾ ਸ਼੍ਰੀ ਚੰਦ ਜੀ ਨੂੰ ਜਦੋਂ ਇਸ ਤਰ੍ਹਾਂ ਕਿਹਾ ਨਾ, ਤਾਂ ਉਦੋਂ ਫਿਰ ਗੁਰਮੁਖ ਪਿਆਰਿਓ ਜਦੋਂ ਉਹਨੇ ਬਚਨ ਕਹੇ ਸੀ, ਉਹਦੇ ਹੱਥ ਵਿੱਚ ਨੰਗੀ ਤਲਵਾਰ ਸੀਗੀ। ਉਦੋਂ ਬਾਬਾ ਜੀ ਨੇ ਫਿਰ ਸਾਧੂ ਬੋਲੇ, ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਬਾਬਾ ਜੀ ਕਹਿੰਦੇ ਵੀ ਅਸੀਂ ਤਾਂ ਪਾਗਲ ਕੋਈ ਨਹੀਂ ਹੈਗੇ, ਪਰ ਹਾਂ ਦੂਜਿਆਂ ਨੂੰ ਪਾਗਲ ਜਾਣਨ ਵਾਲਾ ਆਪ ਹੀ ਪਾਗਲ ਆ, ਇਹ ਆਪ ਹੀ ਪਾਗਲ ਹੋ ਜੂਗਾ। ਫਿਰ ਕੀ ਹੋਇਆ, ਤੀਰ ਨਿਕਲ ਗਿਆ ਠੀਕ ਨਿਸ਼ਾਨੇ 'ਤੇ, ਸਾਧ ਬਚਨ ਟਲਾਦਾ ਗੁਰਮੁਖ ਪਿਆਰਿਓ। ਮੁਹੰਮਦ ਖਾਂ ਨੇ ਕੀ ਕੀਤਾ, ਖਿੱਚ ਕੇ ਆਪ ਹੀ ਆਪਣੇ ਢਿੱਡ ਦੇ ਵਿੱਚ ਤਲਵਾਰ ਜਿਹੜੀ ਹੱਥ ਵਿੱਚ ਫੜੀ ਸੀ, ਨੰਗੀ ਤਲਵਾਰ ਸੀ, ਮਾਰੀ ਅਤੇ ਉੱਥੇ ਢਹਿ ਢੇਰੀ ਹੋ ਗਿਆ। ਬਾਬਾ ਜੀ ਦਾ ਬਚਨ ਸੱਤ ਸੱਤ ਹੋ ਗਿਆ। ਇਉਂ ਸੁਣ ਕੇ ਉਹ ਇਲਾਕੇ ਵਿੱਚ ਹਾਹਾਕਾਰ ਮੱਚ ਗਈ, ਬਾਬਾ ਜੀ ਦੇ ਬਚਨ ਦੀ ਤਸੀਰ ਸਮਝੀ ਗਈ, ਸਾਰੇ ਪਛਤਾਏ ਵੀ ਹੁਣ ਕੀ ਬਣ ਸਕਦਾ ਸੀਗਾ। ਇਹਦਾ ਪੁੱਤਰ ਸੀ ਅੱਗੇ ਮਿਰਜ਼ਾ ਜਾਨ ਬੇਗ, ਉਹਨੂੰ ਅਕਲ ਆਈ, ਉਹ ਆ ਕੇ ਬਾਬਾ ਜੀ ਦੇ ਚਰਨਾਂ 'ਤੇ ਢਹਿ ਪਿਆ, ਮਾਫ਼ੀ ਮੰਗੀ, ਕਿਰਪਾ ਕਰੋ ਮੈਂ ਹਿੰਦੂਆਂ ਨੂੰ ਤੰਗ ਨਹੀਂ ਕਰੂੰਗਾ,
ਆਪ ਜੀ ਕਿਰਪਾ ਕਰੋ। ਫਿਰ ਬਾਬਾ ਜੀ ਉਹਦੇ 'ਤੇ ਪ੍ਰਸੰਨ ਹੋਏ ਸੀਗੇ। ਫਿਰ ਉਹਨੂੰ ਕਿਹਾ ਸੀ ਤੂੰ ਆਪਦੀ ਪਿਤਾ ਦੀ ਗੱਦੀ 'ਤੇ ਬਹਿ ਅਤੇ ਲੋਕਾਂ ਦੇ ਭਲਾਈ ਦੇ ਕੰਮ ਕਰਿਆ ਕਰ, ਐਵੇਂ ਨਾ ਹਿੰਦੂਆਂ ਨੂੰ ਜਾਂ ਕਿਸੇ ਵੀ ਧਰਮ ਦੇ ਲੋਕਾਂ ਨੂੰ ਪਰੇਸ਼ਾਨ ਕਰਨਾ ਠੀਕ ਗੱਲ ਨਹੀਂ ਹੈਗੀ। ਉਹ ਫਿਰ ਮਿਰਜ਼ਾ ਜਾਨ ਬੇਗ ਨੇ ਕੀ ਕੀਤਾ, ਆਪਣੀ ਗੱਦੀ ਨਿਸ਼ੀਨੀ ਦੀ ਖੁਸ਼ੀ ਵਿੱਚ ਬਾਬਾ ਜੀ ਵਾਲੀ ਜਿਹੜੀ ਜਗ੍ਹਾ ਸੀਗੀ ਜਿੱਥੇ ਬੈਠ ਕੇ ਸੰਖ ਪੂਰਦੇ ਸੀਗੇ, ਉੱਥੇ ਯਾਦਗਰੀ ਸਥਾਨ ਬਣਾਇਆ। ਉੱਥੇ ਬਾਬਾ ਜੀ ਦੇ ਨਾਮ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ। ਗੁਰਮੁਖ ਪਿਆਰਿਓ, ਤਾਂ ਇਹ ਬਾਬਾ ਸ਼੍ਰੀ ਚੰਦ ਜੀ ਅਤੇ ਮਹਾਰਾਣਾ ਪ੍ਰਤਾਪ ਦੀ ਮੁਲਾਕਾਤ ਅਤੇ ਉਹ ਬੰਦਾ ਮੁਹੰਮਦ ਖਾਨ ਜਿਹੜਾ ਬਹੁਤ ਜ਼ਿਆਦਾ ਹੰਕਾਰਿਆ ਸੀ, ਬਾਬਾ ਜੀ ਨੇ ਬਚਨਾਂ ਨਾਲ ਹੀ ਮਾਰ ਦਿੱਤਾ ਤੁਸੀਂ ਵੇਖੋ ਜੀ। ਅਤੇ ਉਹ ਸੁਲਤਾਨਪੁਰ ਦੇ ਨਵਾਬ ਨਾਲ ਸਾਖੀ ਆਪ ਜੀ ਨੇ ਸਰਵਣ ਕਰ ਹੀ ਲਈ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤੀ ਕਰਨ ਸਾਡੇ 'ਤੇ। ਤਾਂ ਇਹ ਬਾਬਾ ਜੀ ਦੀ ਸ਼ਕਤੀ ਆ। ਤਾਂ ਉਹ ਜੋ ਬਾਬਾ ਜੀ ਕਹਿੰਦੇ ਹੁੰਦੇ ਸੀਗੇ ਕਿ ਗੁਰਮੁਖ ਪਿਆਰਿਓ, ਅਸੀਂ ਜਿਹੜਾ ਆਪਦੀ ਜ਼ਿੰਦਗੀ ਵਿੱਚ ਸੋਚਦੇ ਹਾਂ ਉਸ ਤਰ੍ਹਾਂ ਹੀ ਨਹੀਂ ਸਾਰਾ ਕੁਝ ਹੁੰਦਾ, ਕਿਉਂਕਿ ਸਾਡੇ ਕੋਲ ਇਤਨਾ ਗਿਆਨ ਨਹੀਂ। ਇਹ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ, ਇਹਨਾਂ 'ਚ ਕਿੰਨੀ ਕਲਾ ਸੀਗੀ ਆਪਾਂ ਜਨਮ ਸਾਖੀਆਂ 'ਚੋਂ ਹੁਣ ਸੁਣਦੇ ਆ ਰਹੇ ਹਾਂ, ਕਿੱਡੀ ਸ਼ਕਤੀ ਸੀ ਇਹਨਾਂ ਵਿੱਚ। ਭਾਵ ਕਿ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਜਿਹੜੀ ਗੁਰਤਾ ਗੱਦੀ ਨਹੀਂ ਦਿੱਤੀ ਉਹ ਵੀ ਇੱਕ ਹੁਕਮ ਦੇ ਵਿੱਚ ਹੀ ਕਲਾ ਵਰਤੀ ਹੈ। ਉਹ ਭਾਈ ਲਹਿਣਾ ਜੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨਿਆ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਤਾਂ ਹੀ ਉਹਨਾਂ ਨੂੰ ਸਭ ਕੁਝ ਮਿਲ ਗਿਆ। ਇੱਥੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਸ਼ਕਤੀ ਇਹਨਾਂ 'ਚ ਵੀ ਬਹੁਤ ਸੀਗੀ। ਇਹ ਕਹਿੰਦੇ ਰਹੇ ਵੀ ਸਾਡੇ 'ਚ ਸ਼ਕਤੀ ਸੀਗੀ, ਸਭ ਕੁਝ ਸੀ, ਕਲਾ ਸੀ, ਪਰ ਭਾਈ ਲਹਿਣਾ ਜੀ ਵਿੱਚ ਨਿਮਰਤਾ ਵਾਲੀ ਹੋਣ ਕਰਕੇ ਨਾ ਉਹ ਗੱਦੀ ਲੈ ਗਏ, ਬਾਕੀ ਹੁਕਮ ਮੰਨ ਗਏ ਨਾ ਗੁਰੂ ਸਾਹਿਬ ਜੀ ਨੇ ਜਿਵੇਂ ਕਿਹਾ ਉਵੇਂ ਹੀ ਉਹਨਾਂ ਕੀਤਾ। ਤਾਂ ਇਹ ਬਾਬਾ ਸ਼੍ਰੀ ਚੰਦ ਜੀ ਦੀਆਂ ਜਨਮ ਸਾਖੀਆਂ ਆਪ ਜੀ ਖੁਦ ਵੀ ਪੜ੍ਹ ਸਕਦੇ ਹੋ, ਇੱਕ ਤੋਂ ਵੀ ਬਾਹਰੋਂ ਨਹੀਂ ਕਥਾ ਕਹੀ ਗਈ ਆਪਣੇ ਕੋਲੋਂ। ਇਹ ਬਾਬਾ ਸ਼੍ਰੀ ਚੰਦ ਜੀ ਦੀ ਇੱਕ ਪ੍ਰਾਤਨ ਜਨਮ ਸਾਖੀ ਆ, ਉਹਦੇ ਵਿੱਚੋਂ ਆਪ ਜੀ ਨੂੰ ਮੈਂ ਸਰੋਤ ਦੱਸਣਾ ਇੱਥੇ ਜ਼ਰੂਰੀ ਸਮਝਦਾ। ਉਹਦੇ ਵਿੱਚੋਂ ਆਪ ਜੀ ਨੂੰ ਸਰਵਣ ਕਰਵਾਈ ਗਈ ਆ। ਸ਼੍ਰੀ ਬਾਬਾ ਜੀ ਦੇ ਵਾਕ ਸੱਤ ਹੋਏ, ਬਾਬਾ ਸ਼੍ਰੀ ਚੰਦ ਅਤੇ ਮਹਾਰਾਣਾ ਪ੍ਰਤਾਪ ਜੀ ਦੀ ਮੁਲਾਕਾਤ, ਅਤੇ ਨਵਾਬ ਦੇ ਬਾਬਾ ਜੀ ਦੇ ਦਰਸ਼ਨ ਕਰਨ ਜਾਣਾ ਅਤੇ ਮਰੀਦ ਹੋ ਜਾਣਾ, ਤਰਕ ਬੁੱਧੀ ਖਤਮ ਹੋ ਜਾਣੀ। ਇਸ ਤਰ੍ਹਾਂ ਭਾਈ ਗੁਰੂ ਕਿਰਪਾ ਕਰੇ ਅਤੇ ਬੰਦੇ ਦੀ ਤਰਕ ਖਤਮ ਹੋ ਜਾਂਦੀ ਆ। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦੀ ਸ਼ਾਨ ਬੜੀ ਉੱਚੀ ਅਤੇ ਸੁੱਚੀ ਹੈ। ਬੋਲਦਿਆਂ ਤੋਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਨੂੰ ਸਮੱਤ ਹੀ ਬਖਸ਼ਣ। ਉਹੀ ਬੇਨਤੀਆਂ ਜੋ ਹਰ ਵਾਰ ਆਪ ਜੀ ਨੂੰ ਕਰਦੇ ਹਾਂ, ਅੰਮ੍ਰਿਤ ਛਕੋ ਪਿਆਰਿਓ, ਸਿੰਘ ਸਜੋ, ਗੁਰੂ ਵਾਲੇ ਬਣੋ। ਬੜਾ ਸੁੰਦਰ ਦਾੜਾ ਆਪ ਜੀ ਦਾ ਜਦੋਂ ਪ੍ਰਕਾਸ਼ ਹੋ ਜਾਵੇਗਾ, ਇਹ ਕੇਸ ਜਿਹੜੇ ਆ ਇਹ ਗੁਰੂ ਦੀ ਮੋਹਰ ਆ, ਇਹਨਾਂ ਦੇ ਨਾਲ ਹੀ ਆਪ ਜੀ ਸੋਹਣੇ ਲੱਗੋਗੇ। ਤਾਂ ਇਹ ਸਾਰੀਆਂ ਸਿੰਘ ਅਤੇ ਕੌਰ ਜੋ ਦਾਤਾ ਮਹਾਰਾਜ ਵੱਲੋਂ ਸਾਨੂੰ ਦਿੱਤੀਆਂ ਗਈਆਂ, ਇਹਨਾਂ ਨੂੰ ਸਮਝਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਜੀ ਦੇ ਦੱਸੇ ਜੀਵਨ ਜਾਂਚ ਦੇ ਅਨੁਸਾਰ ਹੀ ਆਪਣੇ ਜੀਵਨ ਨੂੰ ਜਿਉਣਾ ਕਰੀਏ, ਫਿਰ ਹੀ ਸਾਡੀ ਜ਼ਿੰਦਗੀ ਸਫਲ ਸਫਲ ਭਈ ਸਫਲ ਯਾਤਰਾ, ਫਿਰ ਹੀ ਇਹ ਜਿਹੜੀ ਜ਼ਿੰਦਗੀ ਆ ਸਫਲ ਹੋਵੇਗੀ। ਸਤਿਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ ਲਿਹੋ, ਹੋ ਪਾਪੀ ਵੜ ਗੁਣ ਹੈ ਗਾਰ। ਤਾਂ ਬਾਬਾ ਸ਼੍ਰੀ ਚੰਦ ਜੀ ਸਾਨੂੰ ਇਹੀ ਸਿਖਾ ਕੇ ਗਏ ਆ ਕਿ ਇਨਸਾਨ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ। ਇਹਨਾਂ ਗੱਲਾਂ ਨੂੰ ਪੱਲੇ ਬੰਨੀਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।